ਸਲੋਕ ਮਹੱਲਾ ਤੀਜਾ। ਇਹ ਬਾਣੀ ਧੰਨ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਜੀ ਸਗਲ ਜਹਾਨੇ। ਮਹਾਂਪੁਰਖ ਕਿਸੇ ਦੇ ਸੰਬੰਧ ਵਿੱਚ ਸਿੱਖਿਆ ਦਾ ਬਚਨ ਬੋਲਦੇ ਹਨ, ਪਰ ਉਹ ਸਿੱਖਿਆ ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ। ਗੁਰਮੁਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਣੈ। ਜੋ ਮਨੁੱਖ ਸਤਿਗੁਰ ਦੇ ਸਨਮੁਖ ਹੁੰਦਾ ਹੈ, ਉਹ ਸੁਣ ਕੇ ਪ੍ਰਭੂ ਦਾ ਡਰ ਹਿਰਦੇ ਵਿੱਚ ਧਾਰਨ ਕਰਦਾ ਹੈ ਅਤੇ ਆਪਣੇ ਆਪ ਦੀ ਖੋਜ ਕਰਦਾ ਹੈ। ਗੁਰਪ੍ਰਸਾਦੀ ਜੀਵਤ ਮਰੈ ਤਾਂ ਮਨ ਹੀ ਤੇ ਮਨ ਮਾਨੈ। ਸਤਿਗੁਰ ਦੀ ਕਿਰਪਾ ਨਾਲ ਉਹ ਸੰਸਾਰ ਵਿੱਚ ਵਰਤਦਾ ਹੋਇਆ ਹੀ ਮਾਇਆ ਵੱਲੋਂ ਉਦਾਸ ਰਹਿੰਦਾ ਹੈ ਤਾਂ ਉਸਦਾ ਮਨ ਆਪਣੇ ਆਪ ਵਿੱਚ ਭਤੀਜ ਜਾਂਦਾ ਹੈ, ਭਾਵ ਬਾਹਰ ਭਟਕਣੋਂ ਹਟ ਜਾਂਦਾ ਹੈ। ਜਿਨ ਕੋ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥੈ ਗਿਆਨੈ। ਹੇ ਨਾਨਕ, ਜਿਨ੍ਹਾਂ ਦਾ ਮਨ ਭਤੀਜਿਆ ਨਹੀਂ ਉਹਨਾਂ ਨੂੰ ਗਿਆਨ ਦੀਆਂ ਗੱਲਾਂ ਕਰਨ ਦਾ ਕੋਈ ਲਾਭ ਨਹੀਂ ਹੁੰਦਾ। ਮਹੱਲਾ ਤੀਜਾ। ਇਹ ਬਾਣੀ ਧੰਨ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ। ਗੁਰਮੁਖ ਚਿੱਤ ਨਾ ਲਾਇਓ ਅੰਤ ਦੁੱਖ ਬਹੁਤਾ ਆਏ। ਹੇ ਪੰਡਤ, ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ ਹਰੀ ਵਿੱਚ ਮਨ ਨਹੀਂ ਜੋੜਿਆ, ਉਹਨਾਂ ਨੂੰ ਆਖਰ ਦੁੱਖ ਵਾਪਰਦਾ ਹੈ। ਅੰਦਰੋਂ ਬਾਹਰੋਂ ਅੰਧਿਆਂ ਸੁੱਧ ਨਕਾਈ ਪਾਏ। ਉਹਨਾਂ ਅੰਦਰੋਂ ਅਤੇ ਬਾਹਰੋਂ ਅੰਨਿਆਂ ਨੂੰ ਕੋਈ ਵੀ ਸਮਝ ਨਹੀਂ ਆਉਂਦੀ। ਪੰਡਤ ਤਿੰਨ ਕੀ ਬਰਕਤੀ ਸਭ ਜਗਤ ਖਾਏ, ਜੋ ਰੱਤੇ ਹਰ ਨਾਏ। ਜਿਨ ਗੁਰ ਕੈ ਸਬਦ ਸਲਾਹਿਆ ਹਰ ਸਿਓ ਰਹੇ ਸਮਾਏ। ਪਰ ਹੇ ਪੰਡਤ, ਜੋ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਰੱਤੇ ਹੁੰਦੇ ਹਨ, ਜਿਨ੍ਹਾਂ ਨੇ ਸਤਿਗੁਰ ਦੇ ਸ਼ਬਦ ਦੇ ਰਾਹੀਂ ਸਿਫ ਸਲਾਹ ਕੀਤੀ ਹੈ ਅਤੇ ਹਰੀ ਵਿੱਚ ਲੀਨ ਹਨ, ਉਹਨਾਂ ਦੀ ਕਮਾਈ ਦੀ ਬਰਕਤ ਸਾਰਾ ਸੰਸਾਰ ਖਾਂਦਾ ਹੈ। ਪੰਡਤ ਦੂਜੇ ਪਾਏ ਬਰਕਤ ਨਾ ਹੋਵੇ ਨਾ ਧਨ ਪੱਲੇ ਪਾਏ। ਹੇ ਪੰਡਤ, ਮਾਇਆ ਦੇ ਮੋਹ ਵਿੱਚ ਫਸੇ ਰਿਹਾ ਬਰਕਤ ਨਹੀਂ ਹੋ ਸਕਦੀ। ਆਤਮਕ ਜੀਵਨ ਵੱਧਦਾ ਫੁੱਲਦਾ ਨਹੀਂ ਅਤੇ ਨਾ ਹੀ ਨਾਮ ਧਨ ਮਿਲਦਾ ਹੈ। ਪੜ ਥੱਕੇ ਸੰਤੋਖ ਨਾ ਆਇਓ ਅਣਦਿਨ ਜਲਤ ਵਿਹਾਏ। ਉਹ ਪੜ ਕੇ ਥੱਕ ਜਾਂਦੇ ਹਨ ਪਰ ਸੰਤੋਖ ਨਹੀਂ ਆਉਂਦਾ ਅਤੇ ਹਰ ਵੇਲੇ ਉਹਨਾਂ ਦੀ ਉਮਰ ਸੜਦਿਆਂ ਹੀ ਗੁਜ਼ਰਦੀ ਹੈ। ਕੂਕ ਪੁਕਾਰ ਨਾ ਚੁੱਕੇ ਨਾ ਸੰਸਾਰ ਵਿੱਚੋਂ ਜਾਏ। ਉਹਨਾਂ ਦੀਆਂ ਗਿੱਲਾਂ ਗੁਜ਼ਾਰੀਆਂ ਮੁੱਕਦੀਆਂ ਨਹੀਂ ਅਤੇ ਮਨ ਵਿੱਚੋਂ ਚਿੰਤਾ ਨਹੀਂ ਜਾਂਦੀ। ਨਾਨਕ ਨਾਮ ਵੀ ਹੋਣਿਆ ਮੂੰਹ ਕਾਲੇ ਉੱਠ ਜਾਏ। ਹੇ ਨਾਨਕ, ਨਾਮ ਤੋਂ ਸੱਖਣਾ ਰਹਿਣ ਕਰਕੇ ਮਨੁੱਖ ਕਾਲੇ ਮੂੰਹ ਹੀ ਸੰਸਾਰ ਤੋਂ ਉੱਠ ਜਾਂਦੇ ਹਨ। ਪੌੜੀ ਹਰ ਸੱਜਣ ਮੇਲ ਪਿਆਰੇ ਮਿਲ ਪੰਥ ਦਸਾਈ। ਹੇ ਪਿਆਰੇ ਪਰਮਾਤਮਾ, ਮੈਨੂੰ ਗੁਰਮੁਖ ਮਿਲਾ, ਜਿਨ੍ਹਾਂ ਨੂੰ ਮਿਲ ਕੇ ਮੈਂ ਤੇਰਾ ਰਾਹ ਪੁੱਛਾਂ। ਜੋ ਹਰ ਦੱਸੇ ਮਿੱਤ ਤਿਸ ਹੋ ਬਲ ਜਾਈ। ਜੋ ਮਨੁੱਖ ਮੈਨੂੰ ਹਰੀ ਮਿੱਤਰ ਦੀ ਖਬਰ ਦੱਸੇ ਮੈਂ ਉਸ ਤੋਂ ਸਦਕੇ ਜਾਂਦਾ ਹਾਂ। ਗੁਣ ਸਾਂਝੀ ਤਿੰਨ ਸਿਉਂ ਕਰੀ ਹਰ ਨਾਮ ਧਿਆਈ। ਮੈਂ ਉਹਨਾਂ ਨਾਲ ਗੁਣਾਂ ਦੀ ਭਿਆਲੀ ਪਾਵਾਂ ਅਤੇ ਹਰੀ ਨਾਮ ਸਿਮਰਾਂ।
ਹਰ ਸੇਵੀ ਪਿਆਰਾ ਨਿਤ ਸੇਵੇ ਹਰ ਸੁਖ ਪਾਈ। ਮੈਂ ਸਦਾ ਪਿਆਰਾ ਹਰੀ ਸਿਮਰਾਂ ਅਤੇ ਸਿਮਰ ਕੇ ਸੁਖ ਪਾਵਾਂ। ਬਲਿਹਾਰੀ ਸਤਿਗੁਰ ਤਿਸ ਜਿਨ ਸੋਜੀ ਪਾਈ। ਮੈਂ ਉਸ ਸਤਿਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਪਰਮਾਤਮਾ ਦੀ ਸਮਝ ਬਖਸ਼ੀ ਹੈ। ਸਲੋਕ ਮਹੱਲਾ ਤੀਜਾ। ਇਹ ਬਾਣੀ ਧੰਨ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ। ਪੰਡਿਤ ਮੈਲ ਨਾ ਚੁੱਕੇਈ ਜੇ ਵੇਦ ਪੜੈ ਜੁਗ ਚਾਰ। ਪੰਡਿਤ ਦੀ ਵੀ ਮੈਲ ਦੂਰ ਨਹੀਂ ਹੁੰਦੀ ਭਾਵੇਂ ਚਾਰੇ ਜੁਗਾਂ ਵੇਦ ਪੜਦਾ ਰਹੇ। ਤ੍ਰੈ ਗੁਣ ਮਾਇਆ ਮੂਲ ਹੈ ਵਿੱਚ ਹੋਮੈ ਨਾਮ ਵਿਸਾਰ। ਕਿਉਂਕਿ ਤਿੰਨਾਂ ਗੁਣਾਂ ਵਾਲੀ ਮਾਇਆ ਇਸ ਮੈਲ ਦਾ ਕਾਰਨ ਹੈ ਜਿਸ ਕਰਕੇ ਪੰਡਿਤ ਹੋਮੇ ਵਿੱਚ ਨਾਮ ਵਿਸਾਰ ਦਿੰਦਾ ਹੈ। ਪੰਡਿਤ ਭੂਲੇ ਦੂਜੇ ਲਾਗੇ ਮਾਇਆ ਕੈ ਵਪਾਰ। ਭੁੱਲੇ ਹੋਏ ਪੰਡਿਤ ਮਾਇਆ ਦੇ ਵਪਾਰ ਵਿੱਚ ਅਤੇ ਮਾਇਆ ਦੇ ਮੋਹ ਵਿੱਚ ਲੱਗੇ ਹੋਏ ਹਨ। ਅੰਤਰ ਤਿਸ ਨਾ ਭੁੱਖ ਹੈ ਮੂਰਖ ਭੁੱਖਿਆ ਮੂਏ ਗਵਾਰ। ਉਹਨਾਂ ਦੇ ਅੰਦਰ ਤ੍ਰਿਸ਼ਨਾ ਹੈ ਭੁੱਖ ਹੈ ਗਵਾਰ। ਮੂਰਖ ਭੁੱਲੇ ਹੀ ਮਰ ਗਏ ਹਨ। ਭਾਵੇਂ ਧਾਰਮਿਕ ਪੁਸਤਕਾਂ ਪੜ੍ਹਦੇ ਹਨ ਮਾਇਆ ਦੇ ਲਾਲਚ ਵਿੱਚ ਰਹਿ ਕੇ ਆਤਮਕ ਮੌਤ ਸਹੇੜ ਗਏ। ਸਤਿਗੁਰ ਸੇਵੀਏ ਸੁੱਖ ਪਾਇਆ ਸੱਚੇ ਸ਼ਬਦ ਵਿਚਾਰ। ਸਤਿਗੁਰੂ ਦੇ ਦੱਸੇ ਰਾਹ 'ਤੇ ਤੁਰ ਕੇ ਅਤੇ ਸੱਚੇ ਸ਼ਬਦ ਵਿੱਚ ਵਿਚਾਰ ਕੀਤਿਆਂ ਸੁੱਖ ਮਿਲਦਾ ਹੈ। ਅੰਦਰੋਂ ਤ੍ਰਿਸ਼ਨਾ ਭੁੱਖ ਗਈ ਸੱਚੇ ਨਾਏ ਪਿਆਰ। ਸੱਚੇ ਨਾਮ ਵਿੱਚ ਪਿਆਰ ਕਰਨ ਨਾਲ ਅੰਦਰੋਂ ਤ੍ਰਿਸ਼ਨਾ ਅਤੇ ਭੁੱਖ ਦੂਰ ਹੋ ਜਾਂਦੀ ਹੈ। ਨਾਨਕ ਨਾਮ ਰਤੇ ਸਹਿਜੇ ਰੱਜੇ ਜਿਨ੍ਹਾਂ ਹਰ ਰੱਖਿਆ ਔਰ ਧਾਰ। ਹੇ ਨਾਨਕ ਜੋ ਮਨੁੱਖ ਨਾਮ ਵਿੱਚ ਰੰਗੇ ਹੋਏ ਹਨ ਅਤੇ ਜਿਨ੍ਹਾਂ ਨੇ ਹਰੀ ਨੂੰ ਹਿਰਦੇ ਵਿੱਚ ਪਰੋਇਆ ਹੋਇਆ ਹੈ ਉਹ ਆਤਮਕ ਅਡੋਲਤਾ ਵਿੱਚ ਟਿਕ ਕੇ ਸੰਤੋਖੀ ਹੋ ਗਏ ਹਨ। ਮਹੱਲਾ ਤੀਜਾ। ਇਹ ਬਾਣੀ ਧੰਨ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ। ਮਨਮੁਖ ਹਰ ਨਾਮ ਨਾ ਸੇਵਿਆ ਦੁੱਖ ਲੱਗਾ ਬਹੁਤਾ ਆਏ। ਮਨਮੁਖ ਨੇ ਹਰੀ ਦਾ ਨਾਮ ਨਹੀਂ ਸਿਮਰਿਆ ਇਸ ਕਰਕੇ ਬਹੁਤਾ ਦੁਖੀ ਹੁੰਦਾ ਹੈ। ਅੰਤਰ ਅਗਿਆਨ ਅੰਧੇਰ ਹੈ ਸੁਧ ਨਕਾਈ ਪਾਏ। ਉਸਦੇ ਹਿਰਦੇ ਵਿੱਚ ਅਗਿਆਨ ਰੂਪ ਹਨੇਰਾ ਹੁੰਦਾ ਹੈ ਇਸ ਲਈ ਉਸਨੂੰ ਕੋਈ ਸੋਝੀ ਨਹੀਂ ਪੈਂਦੀ। ਮਨ ਹੱਠ ਸਹਿਜ ਨਾ ਬੀਜਿਓ ਭੁੱਖਾ ਕਿਆ ਅੱਗੇ ਖਾਏ। ਮਨ ਦੇ ਹੱਠ ਕਰਕੇ ਉਹ ਅਡੋਲ ਅਵਸਥਾ ਵਿੱਚ ਕੁਝ ਨਹੀਂ ਬੀਜਦਾ ਭਾਵ ਨਾਮ ਨਹੀਂ ਜਪਦਾ। ਇਸ ਆਤਮਕ ਖੁਰਾਕ ਤੋਂ ਸੱਖਣਾ ਭੁੱਖਾ ਅੱਗੇ ਕੀ ਖਾਏਗਾ। ਨਾਮ ਨਿਦਾਨ ਵਿਸਾਰਿਆ ਦੂਜੈ ਲੱਗਾ ਜਾਏ। ਮਨਮੁਖ ਨਾਮ ਖਜ਼ਾਨਾ ਵਿਸਾਰ ਕੇ ਮਾਇਆ ਵਿੱਚ ਜਾ ਲੱਗਾ ਹੈ। ਨਾਨਕ ਗੁਰਮੁਖ ਮਿਲੇ ਹੈ ਵਡਿਆਈਆਂ ਜੇ ਆਪੇ ਮੇਲ ਮਿਲਾਏ। ਹੇ ਨਾਨਕ ਸਤਿਗੁਰੂ ਦੇ ਸਨਮੁਖ ਹੋਏ ਮਨੁੱਖਾਂ ਨੂੰ ਵਡਿਆਈ ਮਿਲਦੀ ਹੈ ਜੇ ਹਰੀ ਆਪ ਹੀ ਸੰਗਤ ਵਿੱਚ ਮਿਲਾ ਲਏ। ਪੌੜੀ ਹਰ ਰਸਨਾ ਹਰ ਜਸ ਗਾਵੈ ਖਰੀ ਸੁਹਾਵਣੀ। ਜੋ ਜੀਵ ਹਰੀ ਦਾ ਜਸ ਗਾਉਂਦੀ ਹੈ ਉਹ ਬੜੀ ਸੁੰਦਰ ਲੱਗਦੀ ਹੈ। ਜੋ ਮਨ ਤਨ ਮੁਖ ਹਰੀ ਬੋਲੈ ਸਾ ਹਰ ਭਾਵਣੀ। ਜੋ ਮਨੋ ਤਨੋ ਹੋ ਕੇ ਮੂੰਹੋਂ ਹਰੀ ਨਾਮ ਬੋਲਦੀ ਹੈ ਉਹ ਹਰੀ ਨੂੰ ਪਿਆਰੀ ਲੱਗਦੀ ਹੈ।
ਜੋ ਗੁਰਮੁਖ ਚੱਖੈ ਸਾਧ ਸਾ ਤ੍ਰਿਪਤਾਵਣੀ। ਜੋ ਸਤਿਗੁਰੂ ਦੇ ਸਨਮੁਖ ਹੋ ਕੇ ਸਵਾਰ ਚੱਕਦੀ ਹੈ ਉਹ ਰੱਜ ਜਾਂਦੀ ਹੈ, ਭਾਵ ਉਹ ਜੀਵ ਹੋਰ ਰਸਾਂ ਵੱਲ ਨਹੀਂ ਦੌੜਦੀ। ਗੁਣ ਗਾਵੈ ਪਿਆਰੇ ਨਿੱਤ, ਗੁਣ ਗਾਏ ਗੁਣੀ ਸਮਝਾਵਣੀ। ਪਿਆਰੇ ਹਰੀ ਦੇ ਗੁਣ ਸਦਾ ਗਾਉਂਦੀ ਹੈ ਅਤੇ ਗੁਣ ਗਾ ਕੇ ਗੁਣੀ ਹਰੀ ਦੀ ਹੋਰਨਾਂ ਨੂੰ ਸਿੱਖਿਆ ਦਿੰਦੀ ਹੈ। ਜਿਸ ਹੋਵੇ ਆਪ ਦਿਆਲ ਸਾ ਸਤਿਗੁਰੂ ਗੁਰੂ ਬੁਲਾਵਣੀ। ਜਿਸ ਜੀਵ 'ਤੇ ਹਰੀ ਆਪ ਦਿਆਲ ਹੁੰਦਾ ਹੈ ਉਹ ਗੁਰੂ ਗੁਰੂ ਜਪਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।